ਅੱਜ ਜਿਹੜਾ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਜੀ ਡੇਲੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਕੁਝ ਪੀਵੀਆ ਟੈਲੈਂਟ ਜਿਹੜੀਆਂ ਸ਼ੇਅਰ ਕਰੂੰਗਾ ਜੋ ਕਿ ਸਪੌਸਲ ਓਪਰਚੁਨਿਟੀ ਐਲਐਮਆਈ ਤੇ ਵੈਸਟਰ ਵਿਜ਼ੀ 3ਡੀ ਪੀਪੀਆ ਟੈਲੈਂਟ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਸਨ ਕਹੂੰਗਾ ਕਿ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਅੰਤ ਤੱਕ ਜੁੜ ਦੇਖ ਲਿਓ ਵੀਡੀਓ ਤੁਹਾਡੀ ਇਨਫੋਰਮੇਟਿਵ ਹੋਊਗੀ ਤੇ ਹੁਣ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਦੇ ਹਾਂ ਆ ਜਿਹੜੀ ਫਰਸਟ ਐਪਲੀਕੇਸ਼ਨ ਹੈਗੀ ਇਹਨਾਂ ਦੀ ਫਾਈਲ ਲੱਗਦੀ ਹੈ 4 ਮਾਰਚ ਨੂੰ ਮੈਡੀਕਲ ਸੇਮ ਡੇ ਹੁੰਦਾ ਤੇ ਬਾਇਓਮੈਟ੍ਰਿਕ ਇਹਨਾਂ ਦੇ ਹੁੰਦੇ ਨੇ 10 ਮਾਰਚ ਨੂੰ ਤੇ ਪੀਪੀਆਰ ਜਿਹੜੀ ਹੈਗੀ ਹੈ 12 ਜੁਲਾਈ ਨੂੰ ਜਿਹੜੀ ਹੈਗਾ ਦੇਖਣ ਨੂੰ ਜਿਹੜੀ ਮਿਲ ਜਾਂਦੀ ਹੈ ਇਹਨਾਂ ਨੂੰ ਤਾਂ ਆਪਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇਹਨਾਂ ਦਾ ਰਿਜ਼ਲਟ ਵੀ ਜਿਹੜਾ 2 ਤੋਂ 3 ਮਹੀਨਿਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ ਜੋ ਕਿ ਇੱਕ ਬਹੁਤ ਵੱਡੀ ਗੁੱਡ ਨਿਊਜ਼ ਸਾਡੇ ਲਈ ਬਣ ਜਾਂਦੀ ਹੈ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਹੈ 7 ਜਨਵਰੀ 2022 ਨੂੰ ਐਪਲੀਕੇਸ਼ਨ ਲੱਗਦੀ ਹੈਗੀ ਅਫਰਾਂ ਜਿਹੜਾ ਇਹਨਾਂ ਦਾ ਮੈਡੀਕਲ ਹੁੰਦਾ ਅਕ ਜਿਹੜੇ ਇਹਨਾਂ ਦੇ ਅਪਡੇਟ ਹੋ ਜਾਂਦੇ ਨੇ ਮੈਡੀਕਲ ਜਿਹੜਾ ਇਹਨਾਂ ਦਾ ਅਪਲੋਡ ਹੁੰਦਾ ਹੈ ਜਨਵਰੀ 12 2022 ਨੂੰ ਤੇ ਇਸ ਤੋਂ ਆ ਰਿਵਿਊ ਸਟਾਰਟ ਹੁੰਦਾ ਹੈ ਜੂਨ 19 2022 ਨੂੰ ਤੇ ਫਾਈਨਲ ਡਿਸੀਜਨ ਇਹਨਾਂ ਨੂੰ ਦੇਖਣ ਨੂੰ ਮਿਲਦਾ ਹੈ 16 ਜੁਲਾਈ 2022 ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ 2022 ਦੀ ਐਪਲੀਕੇਸ਼ਨ ਦੇ ਬਹੁਤ ਜ਼ਿਆਦਾ ਜਿਹੜੇ ਰਿਵੋਲਟ ਆਉਣੇ ਸ਼ੁਰੂ ਹੋ ਗਏ ਨੇਗੇ ਤੇ ਬਹੁਤ ਇੱਕ ਚੰਗਾ ਰਿਸਪੌਂਸ ਹੈ ਇਹ ਦੇਖਣ ਨੂੰ ਮਿਲਦਾਗਾ ਤੇ ਨੈਕਸਟ ਜਿਹੜਾ ਰਿਜ਼ਲਟ ਹੈਗਾ ਇਹ ਸਪousal upornant plus ਕਿਡ ਦਾ ਜਿਹੜਾ ਵੀਜ਼ਾ ਹੈਗਾਗਾ ਇਹਦੀ ਫਾਈਲ ਲੱਗਦੀ ਹੈ 14 ਫਰਵਰੀ 2022 ਨੂੰ ਮੈਡੀਕਲ ਅਪਡੇਟ ਹੁੰਦਾ ਇਹਨਾਂ ਦਾ 5 ਮਾਰਚ 2022 ਨੂੰ ਬਾਇਓਮੈਟ੍ਰਿਕ ਕੰਪਲੀਟ ਹੁੰਦੇ ਰਹਿੰਦਾ ਹੈ 21 ਫਰਵਰੀ 2022 ਨੂੰ ਰਿਵਿਊ ਸ਼ੁਰੂ ਹੁੰਦਾ ਹੈ 5 ਜੁਲਾਈ 2022 ਨੂੰ ਤੇ ADR ਇਹਨਾਂ ਨੂੰ ਕੋਈ ਵੀ ADR ਨਹੀਂ ਆਉਂਦਾ ਦੇਖਣ ਨੂੰ ਤੇ PPR ADR ਦੋਨਾਂ ਨੂੰ ਦੇਖਣ ਨੂੰ ਮਿਲਦੀ ਹੈ 16 ਜੁਲਾਈ 2022 ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ 2022 ਦੇ ਹੀ ਰਿਜ਼ਲਟ ਜਿਹੜੇ ਜ਼ਿਆਦਾਤਰ ਜਿਹੜੇ ਦੇਖਣ ਨੂੰ ਆਪਾਂ ਨੂੰ ਮਿਲ ਰਹੇ ਨੇਗੇ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈ ਕਿੰਨੇ ਦੀ ਫਾਈਲ ਲੱਗਦੀ ਹੈਗੀ 6 ਮਾਰਚ 2022 ਨੂੰ ਰਿਵਿਊ ਸਟੇਜੋਂ ਦਾ 8 ਜੂਨ 2022 ਨੂੰ ਏਡੀਆਰ ਦਾ 14 ਜੂਨ ਨੂੰ ਏਡੀਆਰ ਸਬਮਿਟ ਕਰਦ ਨੇ 23 ਜੂਨ ਨੂੰ ਤੇ ਪੀਪੀਆਰ ਜਿਹੜੀ ਹੈਗੀ ਇਹਨਾਂ ਨੂੰ ਦੇਖਣ ਨੂੰ ਹੁੰਦੀ ਹੈ 15 ਜੁਲਾਈ ਨੂੰ ਜਿਹੜੀ ਹੈਗੀ ਇਹਨਾਂ ਨੂੰ ਇਹਨਾਂ ਦੀ ਦੇਖਣ ਨੂੰ ਮਿਲ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਪੌਂਸਰ ਲੋਪਰਮੈਂਟ ਦੇ ਬਹੁਤ ਵਧੀਆ ਰਿਸਪੌਂਸ ਨੇ ਜਿਹੜੇ ਦੇਖਣ ਨੂੰ ਮਿਲਦੇ ਨੇ ਦੈਨ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਸਤੰਬਰ 10 ਨੂੰ ਇਹ ਰਿਕਵਿ ਨੂੰ ਲੱਗਦੀ ਗੀ ਬਾਇਓਮੈਟ੍ਰਿਕ ਇਹਨਾਂ ਦੇ ਕਲੈਕਸ਼ਨ ਲੈਟਰ ਜਿਹੜਾ 10 ਸਤੰਬਰ ਨੂੰ ਆਉਂਦਾਗਾ ਉਸ ਤੋਂ ਬਾਅਦ ਜਿਹੜਾ ਹੈਗਾ 15 ਜੁਲਾਈ ਨੂੰ ਜਿਹੜੀ ਹੈਗੀ ਇਹਨਾਂ ਨੂੰ ਇਹਦੀ ਪੀਪੀਆਰ ਦੀ ਰਿਕਵੈਸਟ ਆਈ ੜੀ ਉਹ ਦੇਖਣ ਨੂੰ ਮਿਲ ਜਾਂਦੀ ਹੈ ਤੇ ਨੈਕਸਟ ਜਿਹੜੀ ਇੱਕ ਜਿਹੜੀ ਪੀਪੀਆਰ ਦੇ ਟਾਈਮ ਲੈਣਾ ਹੈਗੀ ਇਹ ਹੈ ਐਲਐਮਆ ਟਰੱਕ ਡਰਾਈਵਰ ਦੀ ਹੈਗੀ ਆ ਇਹ ਕਹਿੰਦਾ ਸਾਡੇ ਬਾਇਓਮੈਟ੍ਰਿਕ ਜਿਹੜੇ 18 ਦਸੰਬਰ 2019 ਨੂੰ ਹੁੰਦੇ ਨੇਗੇ ਦੈਨ ਨੂੰ ਅਪਡੇਟਡ ਡਿਟੇਲ 2022 ਤੱਕ ਫਿਰ ਇਹ 17 ਜਨ 2022 ਨੂੰ ਜਿਹ ਸਬਮਿਟ ਕਰਦਨੇ 10 ਫੈਬ ਨੂੰ ਇਸ ਤੋਂ ਬਾਅਦ ਮੈਡੀਕਲ ਦੀ ਰਿਕੁਐਸਟ ਆਉਂਦੀ ਹੈ ਨੇ 17 ਮਈ 2022 ਨੂੰ ਐਂਡ ਪੀਪੀਆਰ ਜਿਹੜੀ ਹੈਗੀ ਇਹਨਾਂ ਨੂੰ ਅੱਜ ਦੇ ਦਿਨ ਜਿਹੜੀ ਦੇਖਣ ਨੂੰ ਮਿਲ ਚੁੱਕੀ ਹੈਗੀ ਤੇ ਇਹਨਾਂ ਨੂੰ ਵੀ ਬਹੁਤ ਲੰਮਾ ਸਮਾਂ ਹੋ ਗਿਆ ਸੀ ਇਹਨਾਂ ਦੀ ਅਪਲੀਕੇਸ਼ਨ ਉੱਤੇ ਵੇਟ ਕਰਦੇ ਹੋਏ 2 ਐਂਡ ਹਾਫ ਇਅਰਸ ਬਾਅਦ ਜਿਹੜੀ ਹੈਗੀ ਇਹਨੂੰ ਇਹਨਾਂ ਦਾ ਵੀਜ਼ਾ ਦੇਖਣ ਨੂੰ ਮਿਲਿਆਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਦੀ ਅਪਲੀਕੇਸ਼ਨ ਦੀ ਵੇਟ ਕਰ ਰਹੇ ਨੇ ਆਪਦੇ ਰਿਜ਼ਲਟ ਦੀ ਵੇਟ ਕਰ ਰਹੇ ਨੇ ਤੁਹਾਨੂੰ ਬਹੁਤ ਲੰਮੇ ਸਮੇਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਰਿਜ਼ਲਟ ਦੇਖਣ ਨੂੰ ਮਿਲਦਾ ਬਾਇਓਮੈਟ੍ਰਿਕ ਡੇਟ ਹੈਗੀਆਂ ਇਹਨਾਂ ਦੀ 25 ਫੈਬ 2022 ਤੇ ਪਾਸਪੋਰਟ ਦੀ ਰਿਕੁਐਸਟ ਡੇਟ ਹੈਗੀਆਂ ਇਹਨਾਂ ਦੀ 14 ਜੁਲਾਈ 2022 ਤਾਂ ਇਹਨਾਂ ਦਾ ਵੀ ਰਿਜ਼ਲਟ ਜਿਹੜਾ ਇੱਕ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ ਤੁਹਾਨੂੰ ਦਿਖਾ ਸਕਦੇ ਹਾਂ ਕਿ ਹਰ ਇੱਕ ਕੈਟਾਗਰੀ ਦੇ ਜਿਹੜੇ ਰਿਵਾਰਡ ਦੇਖਣ ਨੂੰ ਮਿਲਦੇ ਨੇ ਕੁਝ ਪੋਜ਼ਿਟਿਵ ਰਿਜ਼ਲਟ ਵੀ ਦੇਖਣ ਨੂੰ ਮਿਲਦੇ ਨੇ ਕੁਝ ਨੈਗੇਟਿਵ ਰਿਜ਼ਲਟ ਵੀ ਦੇਖਣ ਨੂੰ ਮਿਲਦੇ ਨੇਗੇ ਤਾਂ ਉਹ ਆਪਾਂ ਨੂੰ ਡਿਪੈਂਡ ਕਰਦਾਗਾ ਤੁਸੀਂ ਕਿਸ ਤਰ੍ਹਾਂ ਦੀ ਆਪਣੀ ਐਪਲੀਕੇਸ਼ਨ ਹੈ ਕਿਸ ਤਰ੍ਹਾਂ ਦਾ ਵੀਜ਼ਾ ਆਫੀਸਰ ਜਿਹੜੇ ਰਿਸਪੌਂਸ ਦੇ ਰਹੇ ਨੇ ਕਿਸ ਤਰ੍ਹਾਂ ਦਾ ਡਾਟਾ ਟ੍ਰੈਂਡ ਚੱਲ ਰਿਹਾਗਾ ਤਾਂ ਮੈਂ ਤੁਹਾਨੂੰ ਐਂ ਕਹੂੰਗਾ ਕਿ ਤੁਸੀਂ ਲਾਸਟ ਵੀਡੀਓ ਜਾ ਕੇ ਦੇਖ ਸਕਦੇ ਹੋ ਜਦੇ ਵਿੱਚ ਸਪਾਊਸ ਲੋਪਮੈਂਟ ਦੇ ਬਹੁਤ ਸਾਰੇ ਡਾਟਾ ਅਪਡੇਟਸ ਮੈਂ ਰਿਵਿਊ ਸ਼ੇਅਰ ਕੀਤੇ ਗਏ ਨੇਗੇ ਤਾਂ ਤੁਸੀਂ ਜਦੋਂ ਉਹਨਾਂ ਨੂੰ ਦੇਖੋਗੇ ਤੁਹਾਨੂੰ ਉੱਥੋਂ ਜਿਹੜਾ ਹੈਗਾ ਪੂਰੀ ਇਨਫੋਰਮੇਸ਼ਨ ਜਿਹੜੀ ਉਹਨਾਂ ਬਾਰੇ ਤੁਹਾਨੂੰ ਕਲੈਕਟ ਹੋ ਜੂਗੀ ਤਾਂ ਸੋ